ਕਿਸਾਨ ਗੁਰਜੀਤ ਸਿੰਘ ਸਨਮ ਸਵਰਨ ਸਿੰਘ ਡਿਪਰੈਸ਼ਨ 'ਚ ਰਹਿਣ ਲੱਗ ਗਿਆ, ਡਿਪਰੈਸ਼ਨ ਰਹਿੰਦੇ ਰਹਿੰਦੇ ਅੱਜ ਉਹਨਾਂ ਨੇ ਸੁਸਾਈਡ ਕਰ ਲਿਆ ਜੀ। ਮਨਦੀਪ ਸਿੰਘ ਕੀ ਹੋਇਆ ਜੀ ਪਿੰਡ ਸੰਮਿਆਂ ਦੇ? ਅੱਜ ਮੇਰੇ ਪਿੰਡ ਦੇ ਇੱਕ ਕਿਸਾਨ ਗੁਰਜੀਤ ਸਿੰਘ ਸਨਮ ਸਵਰਨ ਸਿੰਘ ਜਿਨ੍ਹਾਂ ਦਾ 2-2.5 ਕਿੱਲਿਆਂ ਦਾ ਮਾਲਕ ਸੀ, ਅਤੇ ਉਸਨੇ ਪੰਜਾਬ PNB ਬੈਂਕ ਤੋਂ 5-6 ਸਾਲ ਪਹਿਲਾਂ ਲਿਮਿਟ ਲਈ ਹੋਈ ਸੀ। ਉਸਦਾ ਨਾਂ ਤਰਦਾ ਹੋਇਆ ਵੇਖ ਕੇ ਬੈਂਕ ਨੇ ਵੀ ਉਹਨਾਂ 'ਤੇ ਕੇਸ ਲਾਇਆ ਹੋਇਆ ਸੀ। ਇੱਕ ਉਹਨਾਂ ਨੇ ਇੱਕ ਟਰੈਕਟਰ ਲਿਆ ਹੋਇਆ ਸੀ, ਟਰੈਕਟਰ ਦਾ ਵੀ ਉਹਨਾਂ ਨੇ ਕਰਜ਼ਾ ਮੋੜਿਆ ਨਹੀਂ ਜਾ ਸਕਿਆ। ਉਦੋਂ ਡਿਪਰੈਸ਼ਨ 'ਚ ਰਹਿਣ ਲੱਗ ਗਿਆ, ਡਿਪਰੈਸ਼ਨ ਰਹਿੰਦੇ ਰਹਿੰਦੇ ਅੱਜ ਉਹਨਾਂ ਨੇ ਸੁਸਾਈਡ ਕਰ ਲਿਆ ਜੀ। ਹਾਂ, ਇੱਕ ਸਵੇਰੇ ਟੈਲੀਫੋਨ ਆਇਆ ਸੀ, ਮਸੂਲ ਹੈ ਸੀਗਾ ਵੀ ਇੱਕ ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੰਮਿਆਂ ਵਾਲੀ ਆਪਣੇ ਖੇਤ ਗਿਆ ਹੋਇਆ ਸੀਗਾ, ਅਤੇ ਜਿਹੜਾ ਬਿਜਲੀ ਦਾ ਟਰਾਂਸਫਾਰਮ ਲੱਗਿਆ ਸੀਗਾ ਉੱਥੇ ਫਾਹਾ ਲੈ ਲਉਣੇ ਜੀ। ਜਾ ਕੇ ਅਸੀਂ ਜਦੋਂ ਪਤਾ ਕੀਤਾ, ਮੌਕੇ 'ਤੇ ਪਹੁੰਚਿਆ ਮੈਂ, ਮੌਕੇ 'ਤੇ ਪਹੁੰਚ ਕੇ ਪਤਾ ਲੱਗਿਆ ਕਿ ਵੀ ਜਿਹੜੀ ਸੁਖਪ੍ਰੀਤ ਕੌਰ ਆ ਉਹਦੀ ਮੈਸੇਜ ਹੈਗੀ, ਉਹਨੂੰ ਦੱਸਿਆ ਵੀ ਮੇਰਾ ਪਤੀ ਸਵੇਰੇ ਖੇਤ ਗਿਆ ਸੀਗਾ, 10-15 ਮਿੰਟਾਂ ਬਾਅਦ ਵਾਪਸ ਨਹੀਂ ਆਇਆ, ਚਾਹ ਬਣਵਾਓ ਰੱਖਿਆ ਸੀ, ਅਤੇ ਉਹ ਜਦੋਂ ਵਾਪ 15 ਕੁ ਮਿੰਟਾਂ ਬਾਅਦ ਉਹਨੂੰ ਪਤਾ ਕੀਤਾ ਵੀ ਕਿੱਧਰ ਚਲੇ ਗਏ, ਉਹ ਮੈਡਮ ਉਹਦੇ ਜਿਹੜੀ ਮੈਸੇਜ ਸੀ ਉਹਦੀ, ਅਤੇ ਉਹ ਉੱਥੇ ਮੌਕੇ 'ਤੇ ਚਲੀ ਗਈ ਆ। ਉਹਨੇ ਦੇਖਿਆ ਕਿ ਮੇਰਾ ਪਤੀ ਉਹਦੇ ਨਾਲ ਕਹਿ ਰਿਹਾ ਜੀ, ਉਸ 'ਤੇ ਜਾ ਕੇ ਮੌਕੇ 'ਤੇ ਅਸੀਂ 174 ਦੀ ਕਾਰਵਾਈ ਕਰ ਰਹੇ ਹਾਂ। ਹਾਂਜੀ, ਹਾਂਜੀ, ਅਤੇ ਇਹਨੇ ਨਾ ਲਿਮਿਟ ਲਈ ਸੀ ਜੀ, ਪੰਜਾਬ ਨੈਸ਼ਨਲ ਬੈਂਕ ਤੋਂ ਲਿਮਿਟ ਲਈ ਸੀਗੀ, ਅਤੇ ਉਹਦੇ ਕਰਕੇ ਥੋੜ੍ਹਾ ਦਿਮਾਗੀ ਪਰੇਸ਼ਾਨ ਰਹਿੰਦਾ ਸੀਗਾ ਜੀ, ਅਤੇ ਜਿਸ ਕਰਕੇ ਇਹਨੇ ਆਤਮ ਹੱਤਿਆ ਕਰ ਲਈ। ਕੀ ਕਾਰਵਾਈ ਕੀਤੀ ਹੈ? ਅਸੀਂ 174 ਦੀ ਕਾਰਵਾਈ ਅਮਲ 'ਚ ਲੈ ਰਹੇ ਜੀ। ਹਾਂਜੀ, ਨੋਟ ਸੁਸਾਈਡ ਨੋਟ ਬਰਾਮਦ ਹੋਇਆ ਜੀ? ਨਹੀਂ ਨਹੀਂ ਨਹੀਂ, ਕੋਈ ਕੁਛ ਨਹੀਂ ਹੋਇਆ ਜੀ, ਅਸੀਂ ਸਿਰਫ ਇਹਦੀ ਪਤਨੀ ਦੇ ਨਾਮ 'ਤੇ ਹੀ ਸਾਰੀ 174 ਦੀ ਕਾਰਵਾਈ ਅਮਲ 'ਚ ਲੈ ਰਹੇ ਜੀ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।